तख्त श्री केसगढ़ साहब के जथेदार ज्ञानी रघुवीर सिंह शहीदां दी धरती श्री फतेहगढ़ साहब विखे नतमस्तक होए। इस दौरान उन्होंने RSS के हिंदू राष्ट्र नारे नूं माहौल खराब करन दी साजिश दस्या अते उन्होंने कहा कि खेती कानूनों नूं लैके मोदी सरकार का रवैया गलत है। इस देश का प्रजापति ही ठीक नहीं, केंद्र सरकार नूं एक कानून वापिस करने चाहिए हैं। RSS के स्कूल खोलण के मुद्दे उत्ते उन्होंने कहा कि श्रोमणी कमेटी ने पिंड पिंड जाके स्कूल बंद करवाए हैं। ਭੋਗ ਤੇ ਆਏ ਸੀਗੇ ਉਸ ਟਾਈਮ ਤਾਂ ਸਾਰੇ ਬੋਲ ਕੇ ਗਏ ਸੀ ਕਿ ਜੌਬ ਦਾ ਹੀ ਬਹੁਤ ਜਲਦੀ ਕੰਮ ਹੋ ਜਾਏਗਾ। ਕਦੀ ਕਹਿੰਦੇ ਨੇ ਕਿ ਸਾਨੂੰ ਪਰੂਫ ਲਿਆ ਕੇ ਦਿਖਾਓ ਕਿ ਹਾਂ ਕਰੋਨਾ ਨਾਲ ਹੀ ਡੈਥ ਹੋਈ ਸੀ। ਅਸੀਂ ਝੂਠ ਥੋੜ੍ਹੀ ਬੋਲਾਂਗੇ ਕਿ ਕਰੋਨਾ ਨਾਲ ਨਹੀਂ ਹੋਈ ਸੀ। ਸਾਡੇ ਘਰ ਦੀ ਹਾਲਤ ਵੀ ਠੀਕ ਨਹੀਂ ਹੈ। ਸਾਡੇ ਘਰ 'ਚ ਸਿਰਫ ਮੇਰੇ ਹਸਬੈਂਡ ਹੀ ਸੀ ਜੋ ਜੌਬ ਕਰਦੇ ਸੀ। ਹੁਣ 8-9 ਮਹੀਨੇ ਹੋ ਗਏ ਨੇ, ਕੋਈ ਵੀ ਇਨਕਮ ਦਾ ਸਾਧਨ ਨਹੀਂ ਹੈ ਹੁਣ ਸਾਡੇ ਕੋਲ। ਮੁੱਖ ਮੰਤਰੀ ਦੇ ਸੁਰੱਖਿਆ ਦਸਤੇ ਦਾ ਸਿਪਾਹੀ, ਮਾਂ ਬਾਪ, ਪਤਨੀ ਤੇ ਬੱਚਿਆਂ ਦਾ ਇੱਕ ਮਾਤਰ ਸਹਾਰਾ ਇਕਲੌਤਾ ਕਮਾਊ ਪੁੱਤ ਸੀ ਸ਼ਹੀਦ ਜਸਪਾਲ ਸਿੰਘ, ਜੋ ਕਿ ਆਪਣਾ ਫਰਜ਼ ਨਿਭਾਉਂਦਿਆਂ ਕੋਰੋਨਾ ਦੇ ਕਾਰਨ ਸ਼ਹੀਦ ਹੋ ਗਿਆ। ਕੀ ਅਜੇ ਵੀ ਇਹ ਪਰਿਵਾਰ ਤਰਸ ਦੇ ਆਧਾਰ 'ਤੇ ਨੌਕਰੀ ਦੇ ਲਾਇਕ ਨਹੀਂ? ਅਮੀਰ ਮੰਤਰੀਆਂ ਦੇ ਇਹ ਬੱਚੇ, ਮਹਿੰਗੀਆਂ ਗੱਡੀਆਂ ਅਤੇ ਕਰੋੜਾਂ ਦੀ ਸੰਪੱਤੀ ਦੇ ਮਾਲਕ, ਕੀ ਇਹ ਲੋਕ ਸੱਚਮੁੱਚ ਤਰਸ ਦੇ ਪਾਤਰ ਨੇ? ਪੰਜਾਬ ਮੰਗ ਦਾ ਜਵਾਬ। ਸਿੰਘ ਸਾਹਿਬ, ਅੱਜ ਸਿੱਧਾ ਧਰਤੀ ਤੇ ਪਹੁੰਚੇ ਹੋ ਜੀ, ਤੇ ਕੀ ਕਹੋਗੇ? ਅੱਜ ਨਤਮਸਤਕ ਹੋਣ ਵੀ ਆਏ ਹੋ। ਫਤਿਹਗੜ੍ਹ ਸਾਹਿਬ ਸਰਹੰਦ ਦੀ ਇਹ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਪੂਜਨੀਕ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਹੋਈ, ਔਰ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਦੀ ਸ਼ਹਾਦਤ ਹੋਈ, ਔਰ ਖਾਲਸਾ ਪੰਥ ਦੀਆਂ ਹੋਰ ਵੀ ਬਹੁਤ ਪਾਵਨ ਪਵਿੱਤਰ ਯਾਦਾਂ, ਇਤਿਹਾਸ ਇਸ ਧਰਤੀ ਦੇ ਨਾਲ ਜੁੜਿਆ, ਜਿੱਥੇ ਹਰ ਇੱਕ ਸਿੱਖ ਇਹ ਲੋਚਦਾ ਹੈ ਕਿ ਮੈਂ ਫਤਿਹਗੜ੍ਹ ਸਾਹਿਬ ਜਾ ਕੇ ਨਤਮਸਤਕ ਹੋਵਾਂ, ਉੱਥੇ ਅੱਜ ਦਾਸ ਵੀ ਸ਼ਹੀਦਾਂ ਦੇ ਚਰਨਾਂ 'ਤੇ ਨਮਸਕਾਰ ਕਰਨ ਵਾਸਤੇ, ਮੱਥਾ ਟੇਕਣ ਵਾਸਤੇ ਇਸ ਧਰਤੀ 'ਤੇ ਆਇਆ, ਔਰ ਮੈਂ ਆਪਣੇ ਆਪ ਬਹੁਤ ਵਡਭਾਗਾ ਸਮਝਦਾ। ਇੱਕ ਜਿੱਦਾਂ ਕਿਸਾਨ ਮੋਰਚਾ ਕਾਫੀ ਲੰਬਾ ਚਲੇ ਗਿਆ ਜੀ, ਕੇਂਦਰ ਸਰਕਾਰ ਟਸ ਤੋਂ ਮਸ ਨਹੀਂ, SGPC ਵੀ ਪੂਰੀ ਮਦਦ ਕਰ ਰਹੀ ਹੈ, ਹੁਣ ਸੰਸਦ ਵੱਲ ਫਿਰ ਕੂਚ ਕੀਤਾ ਅਤੇ ਪੁਲਿਸ ਵੱਲੋਂ ਫਿਰ ਜਿਹੜਾ ਰੋਕਿਆ ਜਾ ਰਿਹਾ ਕਿਸਾਨਾਂ ਨੂੰ ਵੀ, ਅਤੇ ਲਾਲ ਕਿਲੇ ਨੂੰ ਬੰਦ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਦੇ ਇਸ ਰਵੱਈਏ 'ਤੇ ਕੀ ਕਹੋਗੇ? ਦੇਖੋ, ਜਿਹੜਾ ਇਹ ਦੇਸ਼ ਜੈ ਜਵਾਨ ਜੈ ਕਿਸਾਨ ਦਾ ਇੱਕ ਨਾਅਰਾ ਦਿੰਦਾ, ਉਸ ਦੇਸ਼ ਵਿੱਚ ਦੇਸ਼ ਦੀ ਕਿਸਾਨੀ, ਔਰ ਖਾਸ ਕਰਕੇ ਪੰਜਾਬ ਜਿਹੜਾ 58% ਹਿੰਦੁਸਤਾਨ ਦਾ ਪੇਟ ਪਾਲਦਾ, ਪੇਟ ਭਰਦਾ, ਉੱਥੋਂ ਦੇ ਕਿਸਾਨਾਂ ਨੂੰ ਜੋ ਪਿਛਲੇ ਸਮੇਂ ਤਕਰੀਬਨ 8 ਮਹੀਨੇ ਦਾ ਸਮਾਂ ਹੋ ਚੱਲਿਆ, ਜੋ ਹਿੰਦੁਸਤਾਨ ਦੀ ਮੋਦੀ ਸਰਕਾਰ ਵੱਲੋਂ ਜੋ 3 ਕਾਲੇ ਖੇਤੀ ਕਾਨੂੰਨ ਪਾਸ ਕੀਤੇ ਗਏ, ਔਰ ਉਦੋਂ ਤੋਂ ਲੈ ਕੇ ਹੀ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਮੋਰਚੇ ਸੰਭਾਲੀ ਬੈਠੇ ਨੇ, ਔਰ ਝੱਖੜ ਵੀ ਵਗਦਾ ਹੋਵੇ, ਅੱਤ ਦੀ ਸਰਦੀ ਪੈਂਦੀ ਹੋਵੇ, ਜਿਵੇਂ ਹੁਣ ਅੱਤ ਦੀ ਗਰਮੀ ਪੈ ਰਹੀ ਹੈ, ਪਿਛਲੇ ਦਿਨੀ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ, ਫਿਰ ਵੀ ਕਿਸਾਨ ਜਿਹੜੇ ਨੇ ਬਹੁਤ ਵੱਡਾ ਇੱਕ ਸਬਰ ਲੈ ਕੇ ਬੜੇ ਹੌਸਲੇ ਦੇ ਨਾਲ ਦਿੱਲੀ ਦੇ ਬਾਰਡਰ 'ਤੇ ਬੈਠੇ ਹੋਏ ਨੇ, ਔਰ ਪਰਜਾ ਪਾਲਕ ਹੁੰਦੇ ਨੇ ਰਾਜੇ, ਪਰ ਜਿਹੜਾ ਹਿੰਦੁਸਤਾਨ ਦਾ ਰਾਜਾ ਉਹ ਪਰਜਾ ਪਾਲਕ ਹੋਣ ਦੀ ਬਜਾਏ ਪਰਜਾ ਦਾ ਘਾਤ ਕਰਨ 'ਤੇ ਤੁਲਿਆ ਹੋਇਆ। ਛੇਤੀ ਤੋਂ ਛੇਤੀ ਚਾਹੀਦਾ ਹੈ ਕਿ ਹਿੰਦੁਸਤਾਨ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਹੱਕ ਉਹਨਾਂ ਨੂੰ ਵਾਪਸ ਦਿੱਤੇ ਜਾਣ, ਔਰ ਜਿਹੜੇ 3 ਕਾਲੇ ਖੇਤੀ ਕਾਨੂੰਨ ਪਾਸ ਕੀਤੇ ਨੇ ਉਹਨਾਂ ਨੂੰ ਰੱਦ ਕਰਕੇ ਇੱਥੇ ਕਿਸਾਨਾਂ ਨੂੰ ਕਿਸਾਨਾਂ ਦਾ ਬਣਦਾ ਹੱਕ ਦੇਣਾ ਚਾਹੀਦਾ। ਪਰ ਹਿੰਦੁਸਤਾਨ ਦੀ ਸਰਕਾਰ ਜਿਹੜੀ ਹੈ ਇਹ ਪੂੰਜੀਪਤੀਆਂ ਦੇ ਘਰ ਭਰਨ ਵਾਸਤੇ ਲੱਗੀ ਹੋਈ ਹੈ, ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਲੱਗੀ ਹੋਈ ਹੈ। ਔਰ ਜੇਕਰ ਆਪਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਦਾ ਇਤਿਹਾਸ ਆਪਾਂ ਜਾਣਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਸਾਨਾਂ ਨੂੰ ਬਣਦੇ ਹੱਕ, ਉਹਨਾਂ ਦੇ ਮਾਲਕੀ ਹੱਕ ਜਿਹੜੇ ਉਹ ਦਿਵਾਏ ਸਨ, ਔਰ ਅੱਜ ਦੀ ਜਿਹੜੀ BJP ਸਰਕਾਰ ਹੈ ਉਹ ਕਿਸਾਨਾਂ ਦੇ ਪਾਸੋਂ ਕਿਸਾਨਾਂ ਦੇ ਹੱਕ ਖੋਹ ਕੇ ਅਤੇ ਕਿਸਾਨਾਂ ਨੂੰ ਬੁਜ਼ਾਰੇ ਬਣਾ ਕੇ, ਮਜ਼ਦੂਰ ਬਣਾ ਕੇ ਸੜਕਾਂ 'ਤੇ ਬੈਠਣ ਵਾਸਤੇ ਮਜਬੂਰ ਕਰ ਰਹੀ ਹੈ। ਇੱਕ ਸਿੰਘ ਸਾਹਿਬ, ਦੇਖਿਆ ਜਾ ਰਿਹਾ ਕਿ RSS ਹਾਲੇ ਵੀ ਪੰਜਾਬ 'ਚ ਕਿਤੇ ਨਾ ਕਿਤੇ ਸਕੂਲ ਖੋਲ੍ਹਣ ਦੀਆਂ ਕੋਸ਼ਿਸ਼ਾਂ ਕਰ ਰਹੀ ਆ, ਅਤੇ ਹਿੰਦੂ ਰਾਸ਼ਟਰ ਦਾ ਨਾਰਾ ਵੀ ਦਿੱਤਾ ਜਾ ਰਿਹਾ, ਪੰਜਾਬ 'ਚ ਕਿਤੇ ਨਾ ਕਿਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਇੱਦਾਂ ਦੀ? ਦੇਖੋ, ਇਹ ਜਿਹੜਾ ਹਿੰਦੁਸਤਾਨ ਹੈ ਇਹ ਬਹੁਤ ਭਾਸ਼ਾਈ ਔਰ ਬਹੁਤ ਧਰਮੀ ਦੇਸ਼ ਹੈ, ਇੱਥੇ ਬਹੁਤ ਸਾਰੀ ਸੱਭਿਅਤਾ ਹੈ, ਵੱਖ ਵੱਖ ਧਰਮਾਂ ਦੇ ਆਪੋ ਆਪਣੀ ਸੱਭਿਅਤਾ, ਆਪੋ ਆਪਣੀਆਂ ਮਰਿਆਦਾਵਾਂ ਨੇ, ਆਪੋ ਆਪਣੀਆਂ ਭਾਸ਼ਾਵਾਂ ਨੇ, ਆਪੋ ਆਪਣੀਆਂ ਬੋਲੀਆਂ ਨੇ, ਔਰ RSS ਦੇ ਮੁਖੀ ਵੱਲੋਂ ਵਾਰ ਵਾਰ ਹਿੰਦੁਸਤਾਨ ਦੇ ਲੋਕਾਂ ਨੂੰ ਜਾਂ ਹਿੰਦੂ ਰਾਸ਼ਟਰ ਕਹਿ ਕੇ ਕਹਿਣਾ, ਔਰ ਇਹ ਕਹਿਣਾ ਕਿ ਸਾਰਿਆਂ ਦਾ DNA ਇੱਕ ਹੈ, ਸਾਰੇ ਇੱਥੇ ਰਹਿਣ ਵਾਲੇ ਸਾਰੇ ਜਿਹੜੇ ਇਹ ਹਿੰਦੂ ਨੇ, ਇੱਕ ਬਹੁਤ ਵੱਡੀ ਇੱਕ ਫਿਰਕੂ
ਜਿਹੜਾ ਫਸਾਦ ਹੈ ਉਹ ਖੜ੍ਹਾ ਕਰਨ ਦੀ ਕੋਸ਼ਿਸ਼ RSS ਵੱਲੋਂ ਕੀਤੀ ਜਾ ਰਹੀ ਹੈ। ਔਰ ਇੱਥੇ ਸਕੂਲ ਚਲਾ ਕੇ ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਸਮੇਂ ਤੋਂ ਇਹ ਜਿਹੜੇ ਸਕੂਲ ਚਲਾਏ ਜਾ ਰਹੇ ਨੇ ਜੋ ਪਿੰਡਾਂ ਦੇ ਵਿੱਚ ਖਾਸ ਕਰਕੇ ਜਾ ਕੇ ਉਹ ਲਾ ਰਹੇ ਨੇ ਸਕੂਲ ਚਲਾ ਰਹੇ ਨੇ ਉਹਨਾਂ ਦੇ ਵਿਰੋਧ ਵਿੱਚ ਬਹੁਤ ਵੱਡਾ ਕੰਮ ਵੀ ਕੀਤਾ ਜਾ ਰਿਹਾ। ਔਰ RSS ਨੂੰ ਐਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਇੱਥੇ ਰਹਿਣ ਵਾਲੇ ਇਸ ਦੇਸ਼ ਦੇ ਵਾਸੀ ਨੇ ਔਰ ਖਾਸ ਕਰਕੇ ਸਿੱਖਾਂ ਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਔਰ ਦੇਸ਼ ਦੀ ਖੁਸ਼ਹਾਲੀ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ। ਬਹੁਤ ਵੱਡੀਆਂ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਨੇ ਔਰ ਸਿੱਖਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਦਰਕਿਨਾਰ ਕਰਕੇ ਉਹਨਾਂ ਨੂੰ ਭੁਲਾ ਕੇ ਸਿੱਖਾਂ ਦੇ ਨਾਲ ਸਿੱਖ ਧਰਮ ਨਾਲ RSS ਨੂੰ ਬਿਲਕੁਲ ਐਸਾ ਨਹੀਂ ਕਰਨਾ ਚਾਹੀਦਾ।